ਪਰ ਇਸ ਵੇਲੇ ਮੈਂ ਤਸਵੀਰਾਂ ਪਹਿਲਾਂ ਦਿਖਾ ਦਿਆ ਕਿ ਉਸ ਹਸਪੀਟਲ ਦੇ ਵਿੱਚ ਆ ਕਵਲਜੀਤ ਸਿੰਘ ਉਹਨਾਂ ਦੀ ਪਤਨੀ ਜੋ ਕਿ ਵਿਦੇਸ਼ੀ ਮੂਲ ਦੀ ਨਾਗਰਿਕ ਹੈ ਤਾਂ ਉਹ ਵੀ ਇਹਨਾਂ ਦੇ ਨਾਲ ਉੱਥੇ ਘੁੰਮਣ ਦੇ ਲਈ ਗਏ ਸਨ। ਪਰ ਅਚਾਨਕ ਕੀ ਐਸਾ ਹੋਇਆ ਕਿ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦੇ? ਅਸੀਂ ਕਵਲਜੀਤ ਸਿੰਘ ਹੋਰਾਂ ਤੋਂ ਹੀ ਜਾਣਦੇ ਹਾਂ ਕਿਉਂਕਿ ਉਹ ਸਭ ਤੋਂ ਬਿਹਤਰ ਦੱਸ ਸਕਦੇ ਨੇ। ਕਵਲਜੀਤ ਜੀ, ਆਖਿਰਕਾਰ ਹੋਇਆ ਕੀ, ਕਿਉਂਕਿ ਹੁਣ ਇਸ ਪੂਰੇ ਮਾਮਲੇ ਨੂੰ ਕੰਗਨਾ ਰਣੌਤ ਦੇ ਜਿਹੜੇ ਬਿਆਨ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ? ਜੀ, ਸਾਨੂੰ ਤਾਂ ਇਸ ਗੱਲ ਬਾਰੇ ਪਤਾ ਨਹੀਂ ਲੱਗਾ ਕਿ ਹੋਇਆ ਕੀ ਹੈ। ਅਸੀਂ ਤਾਂ ਘੁੰਮਣ ਗਏ ਸੀ ਅਤੇ ਸਾਨੂੰ ਉਦੋਂ ਪਤਾ ਲੱਗਾ ਜਦੋਂ 100 ਤੋਂ ਵੱਧ ਬੰਦਾ ਸਾਡੇ 'ਤੇ ਅਟੈਕ ਕਰ ਦਿੰਦਾ ਆ। ਗੱਲ ਕੋਈ ਕਿਸੇ ਨਾਲ ਸਾਡੀ ਕੋਈ ਉੱਥੇ ਦੀ ਕਿਸੇ ਨਾਲ ਨਾਰਾਜ਼ਗੀ ਨਹੀਂ, ਨਾ ਸਾਡਾ ਕੋਈ ਗੁੱਸਾ ਗਿਲਾ ਸੀ। ਸਿਰਫ ਉਹਨਾਂ ਨੇ ਸਿਰਫ ਸਾਨੂੰ ਪੰਜਾਬੀ ਹੋਣ ਕਰਕੇ ਹੀ ਸਾਡੇ 'ਤੇ ਅਟੈਕ ਕਰ ਦਿੱਤਾ ਆ ਅਤੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਭਾਸ਼ਾ ਤੋਂ ਪਤਾ ਲੱਗ ਜਾਂਦਾ ਕਿ ਉੱਥੋਂ ਦੇ ਸਥਾਨਕ ਲੋਕ ਸੀ? ਬਿਲਕੁਲ, ਉੱਥੋਂ ਦੇ ਸਥਾਨਕ ਲੋਕ, ਇਹੀ ਮੇਰਾ ਬ੍ਰਦਰ ਜਿਹੜਾ ਇਹ ਪੰਜਾਬੀ 'ਚ ਗੱਲ ਕਰ ਰਿਹਾ ਸੀ ਅਤੇ ਬਸ ਇਸੇ ਚੀਜ਼ ਨੂੰ ਲੈ ਕੇ ਹੀ ਉਹਨਾਂ ਨੇ ਜਿਹੜਾ ਵਾ ਉਹ। ਤੁਸੀਂ ਤਿੰਨੇ ਲੋਕ ਉੱਥੇ ਉਸ ਵੇਲੇ ਮੌਜੂਦ? ਅਸੀਂ ਤਿੰਨ ਹੀ ਜਾਣੇ ਹਾਂ। ਕੋਈ ਅਸੀਂ ਕਿਸੇ ਨੂੰ ਵੱਧ ਘੱਟ ਗੱਲ ਨਹੀਂ ਕੀਤੀ, ਨਾ ਕਿਸੇ ਨਾਲ ਕੋਈ ਅਸੀਂ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਰਫ ਉਹਨਾਂ ਬੰਦਿਆਂ ਨੇ ਪਤਾ ਨਹੀਂ ਕਿਹੜਾ ਗੁੱਸਾ ਸਾਡੇ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਪੰਜਾਬੀ ਹੋਣ ਕਰਕੇ ਤੁਹਾਨੂੰ ਟਾਰਗੇਟ ਕੀਤਾ ਗਿਆ? ਬਿਲਕੁਲ ਜੀ, ਅਸੀਂ ਤਾਂ ਇਹੀ ਕਹਿੰਦੇ ਕਿ ਪੰਜਾਬੀ ਕੋਈ ਵੀ ਪੰਜਾਬੀ ਜਿਹੜਾ ਵਾ ਉਹ ਇਸ ਟਾਈਮ ਜਿਹੜਾ ਵਾ ਹਿਮਾਚਲ ਵੱਲ ਨੂੰ ਰੁੱਖ ਨਾ ਕਰੇ, ਕਿਉਂਕਿ ਉੱਥੋਂ ਦੇ ਲੋਕਾਂ ਦੇ ਵਿੱਚ ਪੰਜਾਬ ਦੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਜਿਹੜੀ ਆ ਉਹ ਹੋ ਗਈ ਆ। ਬਿਲਕੁਲ, ਮੈਂ ਗੱਲਬਾਤ ਜਾਰੀ ਰੱਖੂੰਗਾ। ਪਰ ਗੁਰਜੀਤ ਸਿੰਘ ਔਜਲਾ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੂਰੇ ਹਿਮਾਚਲ ਨੂੰ ਅਸੀਂ ਬੁਰਾ ਨਹੀਂ ਕਹਿ ਸਕਦੇ, ਪਰ ਜਿਸ ਤਰ੍ਹਾਂ ਜਿਹੜਾ ਸ਼ਖਸ ਉਸ ਕੁੱਟਮਾਰ ਦਾ ਸ਼ਿਕਾਰ ਹੋਇਆ ਉਹ ਜ਼ਰੂਰ ਉਸ ਉੱਥੇ ਜਾਣ ਤੋਂ ਤੌਬਾ ਵੀ ਕਰਦਾ ਨਜ਼ਰ ਆ ਰਿਹਾ ਅਤੇ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਜਿਹੜੇ ਉਸ ਵੇਲੇ ਨਾਲ ਸੀ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਤੁਸੀਂ ਦੱਸੋ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ 100-150 ਬੰਦਾ ਸੀ, ਆਖਿਰਕਾਰ ਕੀ ਐਸੀ ਗੱਲ ਹੋਈ, ਕਿਸ ਤਰ੍ਹਾਂ ਤੁਹਾਨੂੰ ਹੀ ਟਾਰਗੇਟ ਕੀਤਾ ਗਿਆ? 5 ਦਿਨ ਪਹਿਲਾਂ ਅਸੀਂ ਨਾ ਇਹ ਰੋਟੀ ਖਾਣ ਵਾਸਤੇ ਗਏ ਹਵੇਲੀ ਅਤੇ ਜਲੰਧਰ, ਅਤੇ ਇਹ ਕਹਿੰਦੇ ਕਿ ਉਸੇ ਟਾਈਮ ਹੀ ਕਿ ਡਲਹੌਜ਼ੀ ਜਾਣਾ ਆ, ਇੱਥੋਂ 1 ਕਿਲੋਮੀਟਰ ਮੈਂ ਚਲੇ ਜਾਂਦੇ ਹਾਂ। ਅਸੀਂ ਡਲਹੌਜ਼ੀ ਵਾਸਤੇ ਨਿਕਲੇ ਹਾਂ ਰਾਤ 10 ਵਜੇ ਰੋਟੀ ਖਾ ਕੇ, ਅਤੇ 2 ਵਜੇ ਅਸੀਂ ਡਲਹੌਜ਼ੀ ਪਹੁੰਚਦੇ ਹਾਂ ਰਾਤ ਨੂੰ। ਉੱਥੇ ਜਾ ਕੇ ਅਸੀਂ ਪੈਰਾਡਾਈਜ਼ ਹੋਟਲ ਦੇ ਵਿੱਚ ਰੂਮ ਲਿਆ, ਉਸ ਤੋਂ ਬਾਅਦ ਰੂਮ ਲਿਆ, ਸਵੇਰੇ ਅਸੀਂ ਉੱਠੇ ਹਾਂ 9 ਵਜੇ ਨਾ, ਅਤੇ ਇਹ ਕਹਿੰਦੇ ਗਾੜੀ ਜਾਣਾ ਵਾ ਚੰਬਾ ਖਜਾਰ ਸਾਰਾ ਦੇਖਣਾ, ਕਿਉਂਕਿ ਇਹ ਵਿਚਾਰੀ ਘੁੰਮਣ ਵਾਸਤੇ ਜਿਹੜੇ ਬਹੁਤ ਸ਼ੌਕੀਨ ਹੈਗੀ, ਨਾਲੇ ਇਹਨਾਂ ਪੜ੍ਹਿਆ ਹੈ। ਅਤੇ ਅਸੀਂ ਚੱਲ ਗਏ ਹਾਂ ਹਿਮਾਚਲ, ਹਿਮਾਚਲ ਜਾ ਕੇ ਉੱਥੇ ਖਜਾਰ ਉਤਰੇ ਹਾਂ, ਇੱਕ ਟੋਪੀ ਪਾਈ ਸੀ ਬੰਦੇ ਨੇ, ਹਿੰਦੂ ਸੀ ਅਤੇ ਐਡੇ ਕੁ ਕੱਦ ਦਾ ਸੀ, ਕੋਈ ਮਾੜੀ ਉਨੀ, ਮੈਂ ਉਹਨੂੰ ਕੁਛ ਵੀ ਨਹੀਂ ਕਿਹਾ। 1-2 ਮੁੰਡੇ ਮੇਰੇ ਯਾਰ ਦੋਸਤ ਪੁਰਾਣੇ। ਤੁਸੀਂ ਪੱਗ ਬੰਨੀ ਹੋਈ ਸੀ ਜਾਂ ਕਿੱਦਾਂ? ਨਹੀਂ, ਮੈਂ ਪਰਨਾ ਥੋੜ੍ਹਾ ਲਪੇਟਿਆ ਸੀ ਆਪਣਾ, ਇਹ ਵੀ ਪਰਨਾ ਬੰਨਿਆ ਸੀ ਅਸੀਂ ਪੱਗਾਂ ਜਿੱਦਾਂ ਹੁੰਦੀਆਂ ਨੇ ਮੜਾਸੇ ਵਾਲੇ ਸੀ। ਉਹਨਾਂ ਨੇ ਜਦੋਂ ਵੇਖਿਆ ਅਤੇ ਉਹਨੇ ਮੈਨੂੰ ਕਿਹਾ, ਓਏ ਮੈਂ ਤੇਰੇ ਚਪੇੜ ਮਾਰਾਂਗਾ ਮੂੰਹ 'ਤੇ, ਜਿਹੜੀ ਸ਼ੁਰੂ ਗੱਲ ਹੋਈ ਕੋਈ ਬਿਨਾਂ ਕਿਸੇ ਗੱਲ ਤੋਂ, ਕੋਈ ਮਾੜਾ ਮੋਟਾ ਮਜ਼ਾਕ ਮੈਂ ਆਪਣੇ ਦੋਸਤਾਂ ਨਾਲ, ਸਾਡੀ ਆਦਤ ਹੈ ਕਰਨ ਦੀ, ਅਤੇ ਇਹੋ ਗੱਲ ਹੋਈ। ਪੰਜਾਬੀਆਂ ਦਾ ਸੁਭਾਅ ਹੈ ਕਿ ਮਜ਼ਾਕ, ਮੈਂ ਉਹਨੂੰ ਕੋਈ ਉਸ ਬੰਦੇ ਨੂੰ ਤਾਂ ਮੈਂ ਕੋਈ ਗੱਲ ਵੀ ਨਹੀਂ ਕਹੀ। ਉਹਨੇ ਕਿਹਾ ਮੈਂ ਇੱਥੋਂ ਦਾ ਪ੍ਰਧਾਨ ਆ, ਐਡਾ ਕੁ ਛੋਟੇ ਜਿਹੇ ਕਰ, ਮੈਂ ਸਾਰੇ ਬੰਦਿਆਂ ਨੂੰ ਜਾਣਦਾ ਆ। ਚਲੋ ਇਹ ਗੱਲ ਹੋਈ ਅਤੇ ਇਹ ਬ੍ਰਦਰ ਮੇਰਾ ਕਹਿੰਦਾ ਵੀ ਚੱਲ ਪੁੱਛਦੇ ਇਹਨੂੰ ਵੀ ਇੱਡੀ ਰਬਿਸ਼ ਲੈਂਗੁਏਜ ਵਾਈ ਯੂਜ਼। ਅਸੀਂ ਉੱਥੇ ਗਏ ਹਾਂ, ਇਹ ਵੀ ਸਾਡੇ ਨਾਲ ਹੀ, ਅਸੀਂ ਉਹਨੂੰ ਇੰਨਾ ਹੀ ਪੁੱਛਿਆ ਵੀ ਵੀਰ ਜੀ ਤੁਸੀਂ ਇਹ ਲੈਂਗੁਏਜ ਕਿਉਂ ਯੂਜ਼ ਕਰਨ ਦੇ, ਉੱਦਾਂ ਨੋਰਮਲ ਗੱਲ ਕਰੋ। ਉਹਨੇ ਕਿਹਾ ਇੱਧਰ ਆਓ, ਤੁਹਾਡੀ ਐਸੀ ਕੀ ਤੈਸੀ, ਇਹੋ ਹੀ ਗੱਲ ਹੋਈ ਆ। ਅਤੇ ਮੁੜ ਕੇ ਉਹਨੇ ਫੋਨ ਕੀਤਾ, ਪਹਿਲਾਂ 20 ਬੰਦੇ ਆਏ ਆ ਅਤੇ ਅਸੀਂ ਜਵਾਨ ਹਾਂ, 20 ਉਹ ਛੋਟੇ ਛੋਟੇ ਕੱਦ ਦੇ ਪਹਾੜੀਏ, 20 ਬੰਦਿਆਂ ਨਾਲ ਅਸੀਂ ਘੁਲੇ ਹਾਂ।
ਉਹਨਾਂ ਨੇ ਇੱਦਾਂ ਸਾਨੂੰ ਫੜਨ ਕੇ ਸੁੱਟਣ ਦੀ ਕੋਸ਼ਿਸ਼ ਕੀਤੀ, ਅਸੀਂ ਉਹਨਾਂ ਕੋਲ ਦਾ ਨਹੀਂ ਆਏ ਵੀਆਂ ਕੋਲ ਕੋਈ ਲਾਠੀਆਂ ਡੰਡਿਆਂ ਨਾਲ ਹਮਲਾ ਕੀਤਾ ਗਿਆ। ਉਹ ਬਾਅਦ ਦੇ ਵਿੱਚ ਉਹਨੇ ਫੋਨ ਕੀਤਾ ਜਦੋਂ ਉਹ ਸਾਰੀਆਂ ਦੁਕਾਨਾਂ ਵਾਲੇ ਜਿਹੜੇ ਆ ਕੋਈ ਖੁਰਪਾ ਲੈ ਕੇ ਆ ਗਿਆ, ਕੋਈ ਡੰਡਾ ਲੈ ਕੇ ਆ ਗਿਆ, ਤੇ ਉਹਨਾਂ ਨੇ ਜਿਹੜਾ ਵਾ ਮੇਰੇ ਬ੍ਰਦਰ ਦੇ ਸਿਰ ਦੇ ਵਿੱਚ ਰਾੜ ਮਾਰੀ ਆ। 3 ਦਿਨ ਕੋਮਾ ਦੇ ਵਿੱਚ ਰਹੇ, ਨਾ ਬੋਲੇ, ਨਾ ਖਾਧਾ, ਨਾ ਪੀਤਾ, ਬੇਹੋਸ਼ੀ। ਲੋਕਲ ਪੁਲਿਸ ਨੂੰ ਤੁਸੀਂ ਉੱਥੇ ਸੰਪਰਕ ਕਰਨ ਦੀ ਕੋਸ਼ਿਸ਼ ਕੋਲ ਗਏ ਆ? ਪੁਲਿਸ ਵਾਲੇ ਇੱਕ ਵਿਚਾਰਾ ਚੰਗਾ ਹੀ, ਉਹਨੇ ਸਾਡੀ ਜਾਨ ਬਚਾਤੀ, ਨਹੀਂ ਤੇ ਉਹ ਨਾ ਹੁੰਦਾ ਤੇ ਸਾਡੀਆਂ ਲਾਸ਼ਾਂ ਵੀ ਨਹੀਂ ਲੱਭਣੀਆਂ। ਮਤਲਬ ਕਿ ਇੰਨੇ ਜ਼ਿਆਦਾ ਉਹ ਖਤਰਨਾਕ ਬੰਦੇ ਆ, ਬਿਨਾਂ ਵਜ੍ਹਾ ਤੋਂ ਤੇ ਪੰਜਾਬੀਆਂ ਦਾ ਨਾਂ ਲੈ ਕੇ ਉੱਚੀ ਉੱਚੀ ਗਾਲਾਂ ਕੱਢਦੇ ਸਨ। ਤੁਹਾਡੀ ਐਸੀ ਕੀ ਤੈਸੀ, ਮਤਲਬ ਕਿ ਮੈਂ ਇੱਥੇ ਬੋਲ ਨਹੀਂ ਸਕਦਾ। ਜਿਹੜੀਆਂ ਕਹਿ ਸਕਦੇ ਕਿ ਜਿਸ ਤਰੀਕੇ ਦੇ ਨਾਲ ਕੰਗਨਾ ਰਣੌਤ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ, ਕਿਤੇ ਨਾ ਕਿਤੇ ਉਸ ਚੀਜ਼ ਦਾ ਵੀ ਅਸੀਂ ਕਹਿ ਸਕਦੇ ਹਾਂ। ਕੰਗਨਾ ਦਾ ਨਾਂ ਵੀ ਉਹ ਲੈਂਦੇ ਸੀ, ਕਹਿੰਦੇ ਕੰਗਨਾ ਸਾਡੀ ਮਾਂ ਆ। ਇਹ ਗੱਲ ਮੈਂ ਆਪਣੇ ਕੰਨੀ ਸੁਣੀ ਆ, ਹੈਂ, ਤੁਸੀਂ ਕੰਗਨਾ ਨੂੰ ਮਾਰਿਆ, ਫਲਾਨ ਕੀਤਾ, ਇਹੀ ਗੱਲ ਹੋਈ ਆ। ਤੁਸੀਂ ਨਹੀਂ ਸਮਝਦੇ ਕਿ ਇਹਦੇ ਨਾਲ ਆਪਸੀ ਭਾਈਚਾਰਾ ਜਿਹੜਾ ਉਹ ਕਿਤੇ ਨਾ ਕਿਤੇ ਖਰਾਬ ਹੁੰਦਾ, ਭਾਵੇਂ ਤੁਹਾਡੇ ਬ੍ਰਦਰ ਦੇ ਉੱਤੇ ਅਟੈਕ ਕੀਤਾ, ਪਰ ਹੁਣ ਸਾਰੇ ਪੰਜਾਬੀ ਜਿਹਦੇ ਤੱਕ ਵੀ ਖਬਰ ਪਹੁੰਚ ਰਹੀ ਹੋਏਗੀ, ਹਰ ਕਿਸੇ ਦੇ ਮਨ ਦੇ ਵਿੱਚ ਨਾਰਾਜ਼ਗੀ। ਹਾਲਾਂਕਿ ਟੂਰਿਜ਼ਮ ਦੇ ਸਿਰ ਦੇ ਉੱਤੇ ਹਿਮਾਚਲ ਪ੍ਰਦੇਸ਼ ਦਾ ਬਹੁਤ ਸਾਰਾ ਰੈਵਨਿਊ ਜਿਹੜਾ ਇਕੱਠਾ ਹੁੰਦਾ। ਭਾਜੀ ਦੇਖੋ, ਟੂਰਿਜ਼ਮ ਪੰਜਾਬੀ ਜਾਂਦਾ ਨਾ ਉੱਥੇ, ਹੋਰ ਤਾਂ ਨਹੀਂ ਕੋਈ ਜਾਂਦਾ। ਜੇ ਸਾਡੇ ਜੁੱਤੀਆਂ ਵੱਜਣਗੀਆਂ ਸਾਨੂੰ ਕੁੱਟਣਗੇ, ਅੱਜ ਇਹਨਾਂ ਸਾਡੇ ਨਾਲ ਕੁੱਟਮਾਰ ਹੋਈ ਆ, ਅਤੇ ਕੱਲ੍ਹ ਨੂੰ ਜਿਹੜੇ ਸਾਡੇ ਯਾਰ ਦੋਸਤ ਜਾਂਦੇ ਆ ਉਹਨਾਂ ਦੇ ਨਾਲ ਵੀ ਇਹ ਕੰਮ ਹੋ ਸਕਦਾ ਵਾ। ਸਾਡਾ ਕਸੂਰ ਤੇ ਦੱਸਣ, ਅਸੀਂ ਤਾਂ ਕਹਿੰਦੇ ਵੀ ਸਾਡਾ ਕਸੂਰ ਦੱਸਣ, ਜਿਹੜੀ ਸਿਰ ਦੇ ਵਿੱਚ ਸੱਟ ਆ, ਹੁਣ ਕਲਾਊਡ ਆ ਗਿਆ ਸਿਰ ਦੇ ਵਿੱਚ, ਤੁਸੀਂ ਰਿਪੋਰਟਾਂ ਦੇਖੋ ਉਹ ਕਦੋਂ ਨਿਕਲਣਾ ਵਾ, ਮਿਰਗੀ ਪੈ ਸਕਦੀ ਆ, ਕੋਈ ਹੋਰ ਪ੍ਰੋਬਲਮ ਹੋ ਸਕਦੀ ਆ। ਇਹ ਆਏ ਕਿੰਨੇ ਦੇਰ ਦੇ ਲਈ ਸੀ ਇੰਡੀਆ? ਭਾਜੀ ਅਸੀਂ ਤੇ ਸਾਡਾ ਤੇ ਮਤਲਬ ਬਿਜ਼ਨਸ ਕੰਮ ਹੈਗਾ ਫੋਨ ਤੇ, ਅਸੀਂ ਕਦੀ ਲੰਡਨ ਚਲ ਜਾਂਦੇ ਆ, ਪੈਰਿਸ ਚਲ ਜਾਂਦੇ ਆ, ਤਿੰਨੇ ਜਾਣੇ। ਹੁਣ ਮੈਂ ਲੰਡਨ ਰਹਿ ਗਿਆ 1 ਮਹੀਨਾ, ਇਹ ਮੇਰੇ ਕੋਲ ਆਏ ਨੇ ਲੰਡਨ, ਫਿਰ ਸਪੇਨ ਰਹੇ ਆ, ਅਸੀਂ ਜਾਂਦੇ ਰਹਿੰਦੇ ਆ। Nosotros fuimos a visitar Imachen un día de familia los tres y un chico empezó a insultar a mi cuñado y entonces mi marido empezó a defenderlo y 100 personas vinieron hacia ellos, una masa de gente, y yo no vi ni a mi marido ni a mi cuñado, pensaba que se habían muerto, no sabía dónde estaban. Al fondo habían unos policías, 3 policías, y con unos palos empezaron a darle a toda esa gente, y al final vi a mi marido todo manchado de sangre, todo, o sea, lleno de sangre, y creía que estaba muerto, y a mi cuñado todo el cuerpo lleno de palos. Y al final la policía nos acompañó al hospital, pudieron... ਅਤੇ ਮੇਰਾ ਜਿਹੜਾ ਹਸਬੈਂਡ ਬਹੁਤ ਖੁਸ਼ ਹਾਂ, ਅਤੇ ਅਸੀਂ ਮਤਲਬ ਕਿ ਹੱਸਦੇ ਖੇਡਦੇ ਉੱਥੇ ਗਏ, ਅਤੇ ਉਹਨਾਂ ਵੱਲੋਂ ਜਿਹੜਾ ਵਾ ਬਿਨਾਂ ਗੱਲ ਤੋਂ ਮੇਰੇ ਦੇਰ 'ਤੇ ਪਹਿਲਾਂ ਅਟੈਕ ਹੋਇਆ, ਫਿਰ ਮੇਰਾ ਜਿਹੜਾ ਹਸਬੈਂਡ ਆ ਉਹ ਵੀ ਨਾਲ ਆਏ। ਜਦੋਂ ਇਹਨਾਂ ਨੇ ਪੁੱਛਿਆ, ਉਹਨਾਂ ਨੂੰ ਪੁੱਛ ਗਿੱਛ ਕੀਤੀ, ਅਤੇ ਉਹਨਾਂ ਨੇ ਡੰਡਿਆਂ ਦੇ ਨਾਲ ਸਾਨੂੰ ਕੁੱਟਣਾ ਸ਼ੁਰੂ ਕੀਤਾ, ਅਤੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਇਹਨੇ ਕਿਹਾ ਮੈਂ ਸਮਝਿਆ ਕਿ ਸਾਡੀਆਂ ਲਾਸ਼ਾਂ ਹੀ ਇੱਥੋਂ ਜਾਣੀਆਂ ਆ, ਅਤੇ ਮੈਨੂੰ ਵੀ ਪੈਨਿਕ। ਪੁਲਿਸ ਦਾ ਵੀ ਕੋਈ ਜ਼ਿਕਰ ਕੀਤਾ? ਪੁਲਿਸ ਵਾਲਿਆਂ ਨੇ ਸਾਡੇ ਕੋਲ ਜਿਹੜੀ ਵੀਡੀਓ ਬਣੀ ਸੀ ਨਾ, ਜੇ ਤੁਸੀਂ ਉਹ ਵੀਡੀਓ ਵੇਖ ਲੈਂਦੇ ਨਾ, ਫਿਰ ਸਾਰੀ ਗੱਲ ਉਹ ਇਹਨਾਂ ਦੇ ਫੋਨ ਦੇ ਵਿੱਚ ਸੀ, ਕਿੱਦਾਂ ਸਾਰਾ ਇਹਨੇ ਸਾਰਾ ਕੁਝ ਰਿਕਾਰਡ ਕੀਤਾ। ਇਹਨਾਂ ਨੂੰ ਵੀ ਅਟੈਕ ਜਾਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ? ਇਹਨਾਂ ਨੂੰ ਵੀ ਉਹਨਾਂ ਨੇ ਚੁੱਕਣਾ ਚਾਹੁੰਦੇ ਸਨ, ਅਸਲ ਜਿਹੜੀ ਕਹਾਣੀ ਸੀ ਉਹ, ਜਿਹੜੀ ਗਲਤ ਨੀਤੀ ਸੀ ਨਾ ਉਹਨਾਂ ਦੀ,
ਨਾਲੇ ਉਹਨਾਂ ਨਾਲ ਨਫ਼ਰਤ, ਗਾਲਾਂ, ਕੰਗਣਾ, ਫਲਾਣ ਜਿਹੜਾ ਵਾ, ਅਸੀਂ ਜਿਹੜਾ ਮਤਲਬ ਕਿ ਸਾਨੂੰ ਕੁਝ ਨਹੀਂ ਚਾਹੀਦਾ, ਅਸੀਂ ਬੜੇ ਖੁਸ਼ ਹਾਂ ਆਪਣੀ ਲਾਈਫ ਦੇ ਵਿੱਚ, ਅਸੀਂ ਤਾਂ ਦੁਨੀਆ ਘੁੰਮਦੇ ਹਾਂ। ਹੁਣ ਅਸੀਂ, ਮੈਂ ਨਿਊਯਾਰਕ ਜਾਣਾ ਸੀ ਨੈਕਸਟ ਵੀਕ, ਇਹ ਭਾਜੀ ਹੋਣੀ ਆ ਇਹਨਾਂ ਦਾ ਕੰਮ ਔਨਲਾਈਨ ਆ ਸਾਰਾ, ਵੇਖੋ ਤੇ ਸਹੀ, 15 ਸਾਲ ਤੋਂ ਇਹ। ਹੁਣ ਕਦੀ ਤੁਸੀਂ ਹਿਮਾਚਲ ਵਾਲੇ ਪਾਸੇ ਜਾਣ ਦਾ ਸੋਚੋਗੇ ਕਿ ਤੌਬਾ? ਇਹੀ ਗੱਲ ਇਹਨੇ ਕਹੀ ਆ ਕਿ ਜਿਹੜਾ ਹਿੰਦੂ ਆ ਉਹ ਬਹੁਤ ਡੇਂਜਰ ਆ, ਜੋ ਇਹਨੇ ਵੇਖਿਆ ਬਹੁਤ ਗੰਦੇ ਲੋਕ ਆ, ਜਿਹੜੀ ਰਿਸਪੈਕਟ ਇਹਨੂੰ ਮਿਲੀ ਆ ਉਹ ਪੰਜਾਬ ਤੋਂ ਮਿਲੀ ਆ, ਸੇਫ ਫੀਲ ਕਰਦੀ ਹਾਂ, ਆਪਣਾ ਸਮਝਦੀ ਹਾਂ। ਇੱਥੇ ਸਾਰੇ ਕਹਿੰਦੀ ਮੇਰੇ ਨਾਲ ਫੋਟੋਆਂ ਖਿਚਾਉਂਦੇ ਸੀ, ਉੱਥੇ ਜਾ ਕੇ ਮੈਨੂੰ ਪਤਾ ਲੱਗਾ ਵਾ ਵੀ ਇੰਡੀਆ ਜਿਹੜਾ ਕਿੰਨਾ ਡੇਂਜਰ ਆ। ਮੈਂ ਸੁਣਿਆ ਸੀ ਪਹਿਲਾਂ ਹਿਮਾਚਲ ਦੇ ਵਿੱਚ ਤਾਂ ਵੈਸੇ ਵੀ ਜੇਕਰ ਦੇਖੀਏ ਤਾਂ ਜਿਹੜੇ ਫੋਰਨਰਸ ਨੇ ਉਹਨਾਂ ਨੂੰ ਹਰ ਤਰੀਕੇ ਦੇ ਨਾਲ ਲੁੱਟਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, ਭਾਵੇਂ ਉਹ ਪੈਸਿਆਂ ਦੀ ਅਸੀਂ ਗੱਲ ਕਰੀਏ ਤੇ ਸਾਡੇ ਕੋਲ ਵੀ ਲੈ ਲਏ ਉਹਨਾਂ ਨੇ ਪੈਸਾ ਤੇ, ਅਸੀਂ ਮੈਂ ਦੱਸਣਾ ਨਹੀਂ ਆ, ਪੈਸੇ ਤੇ ਸਾਡੇ ਕੋਲ ਵੀ ਉਹਨਾਂ ਨੇ ਲਏ ਨੇ, ਸਮਝਦੇ ਗੱਲ, ਸਾਡੀ ਵੀਡੀਓ ਡਿਲੀਟ ਕਰਤੀ ਆ ਪੁਲਿਸ ਵਾਲੇ ਤੇ ਉਹਨਾਂ ਪੁਲਿਸ ਵਾਲਿਆਂ ਦੀ ਔਕਾਤ, ਉਹਨਾਂ ਡੇ ਕਰਦੇ ਕੁਛ ਨਹੀਂ, ਉਹ ਸਮਝਦੇ ਕੁਛ ਨਹੀਂ, ਉਹ ਤਾਂ ਸਗੋਂ ਸਾਨੂੰ ਕਹਿੰਦੇ ਨਿਕਲ ਜਾਓ ਇੱਥੋਂ, ਨਹੀਂ ਤੇ ਤੁਹਾਨੂੰ ਵੀ ਉਲਟਾ ਸਾਨੂੰ ਉਹਨਾਂ ਕੁੱਟਣ ਦੀ, ਦੋਵਾਂ ਨੇ ਕੁਛ, ਇੱਕ ਬੰਦਾ ਚੰਗਾ ਸੀ। ਤੁਸੀਂ ਮੰਗ ਕਰੋਗੇ ਹਿਮਾਚਲ ਸਰਕਾਰ ਤੋਂ ਦੀ ਪੂਰੇ ਮਾਮਲੇ ਦੀ ਜਾਂਚ? ਹਿਮਾਚਲ ਸਰਕਾਰ ਨੂੰ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਸਾਨੂੰ ਆ ਉਹਨਾਂ ਬੰਦਿਆਂ ਨੂੰ ਚੁੱਕੋ, ਉਹਨਾਂ ਬੰਦਿਆਂ ਦਾ ਸਾਨੂੰ ਜਿਹੜਾ ਪਤਾ ਕਰੋ ਕੌਣ ਆ ਉਹ, ਤੇ ਸਾਡਾ ਜਿਹੜਾ ਵਾ ਉਹ ਜਿਹੜਾ ਨੁਕਸਾਨ ਹੋਇਆ ਸਾਡੇ ਬੰਦੇ ਦਾ। ਬਿਲਕੁਲ, ਤਾਂ ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਔਰ ਗੁਰਜੀਤ ਔਜਲਾ ਨੇ ਵੀ ਇਹੀ ਗੱਲ ਕਹੀ ਹੈ ਕਿ ਹਿਮਾਚਲ ਸਰਕਾਰ ਤੋਂ ਉਹ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕਰਨਗੇ ਔਰ ਪੂਰੇ ਇਸ ਘਟਨਾਕ੍ਰਮ ਦੇ ਪਿੱਛੇ ਅਸਲ ਵਜ੍ਹਾ ਕੀ ਹੈ ਉਹ ਹਰ ਕੋਈ ਜਾਣਨਾ ਚਾਹੁੰਦਾ, ਔਰ ਪਰਿਵਾਰ ਵੀ ਇਸ ਗੱਲ ਦੀ ਮੰਗ ਕਰ ਰਿਹਾ। ਔਰ ਉਹਨਾਂ ਦਾ ਕਹਿਣਾ ਕਿ ਅਸੀਂ ਦੇਸ਼ ਦੇ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਕਈ ਸ਼ਹਿਰਾਂ 'ਚ ਕਈ ਮੁਲਕਾਂ ਦੇ ਵਿੱਚ ਘੁੰਮੇ ਹਾਂ ਪਰ ਅਜਿਹਾ ਵਤੀਰਾ ਕਿਤੇ ਵੀ ਦੇਖਣ ਨੂੰ ਨਹੀਂ ਮਿਲਿਆ, ਤਾਂ ਹਿਮਾਚਲ ਦੇ ਉਹਨਾਂ ਲੋਕਾਂ ਨੂੰ ਲੈ ਕੇ ਇਹਨਾਂ ਦੇ ਮਨ ਦੇ ਵਿੱਚ ਨਾਰਾਜ਼ਗੀ ਵੀ ਹੈ, ਗੁੱਸਾ ਵੀ ਹੈ। ਜੀ ਹਾਂਜੀ ਸਰ, ਆਪਣਾ ਨਾਮ ਦੱਸ ਦਿਓ। ਮੈਂ ਸੁਖਪਾਲ ਸਿੰਘ ਸੋਹੀ ਜੀ, ਇਹ ਮੇਰੇ ਕਜ਼ਨ ਨੇ, ਇਹ ਘੁੰਮਣ ਫਿਰਨ ਆਏ ਸੀ, ਇਹ ਬਿਜ਼ਨਸ ਟ੍ਰਿਪ 'ਤੇ ਆਇਆ ਆਪਣੀ ਵਾਈਫ ਨੂੰ ਲੈ ਕੇ, ਸਪੈਨਿਸ਼ ਨੇ, ਇਹ ਸਪੇਨ ਰਹਿੰਦਾ, ਇਹ ਇੰਗਲੈਂਡ ਰਹਿੰਦਾ ਆ, ਗਏ ਤੇ ਘੁੰਮਣ ਸੀ ਇੱਥੋਂ, ਰੋਟੀ ਖਾਣ ਤੇ ਗਏ ਜਲੰਧਰ, ਜਲੰਧਰੋਂ ਪ੍ਰੋਗਰਾਮ ਬਣ ਗਿਆ। ਬੇਟੀ ਨੇ ਕਿਹਾ ਵੀ ਮੈਂ, ਕਿਉਂਕਿ ਪੜ੍ਹਦੀ ਸੀ ਵੀ ਮੈਂ ਡਲਹੌਜ਼ੀ ਵੇਖਣੀ, ਡਲਹੌਜ਼ੀ ਜਾ ਕੇ ਇਹਦੀ ਅੱਗੇ ਖਜਾਰ ਵੀ ਜਾਣਾ, ਚੰਬਾ ਵੇਖਣਾ, ਸੋ ਉੱਥੇ ਟ੍ਰੈਫਿਕ ਤੁਹਾਨੂੰ ਪਤਾ ਜ਼ਿਆਦਾ ਹੁੰਦੀ ਆ, ਇਹਦਾ ਸੁਭਾਅ ਆ ਜੋ ਕਿ ਮਜ਼ਾਕ ਕਰਦਾ, ਮਜ਼ਾਕ ਇਹਨੇ ਆਪਣੇ ਬੰਦੇ ਨੂੰ ਕੀਤਾ, ਉਹਨਾਂ ਨੂੰ ਨਹੀਂ ਕੀਤਾ। ਉਹ ਜਿਹੜਾ ਗੱਡੀਆਂ ਗੁੱਡੀਆਂ ਲਵਾਉਣ ਡਿਆ ਸੀ ਪਾਰਕਿੰਗ ਦਾ, ਉਹਦੇ ਦਾ ਮਸਲਾ ਹੋ ਗਿਆ, ਇਹਨੂੰ ਉਹ ਸਟੁੱਪਡ ਲੈਂਗੁਏਜ ਨਾਲ ਬੋਲਿਆ ਆ, ਇਹ ਚੁੱਪ ਰਿਹਾ, ਇਹਨੇ ਆ ਕੇ ਇਹਨੂੰ ਦੱਸਿਆ, ਜਦੋਂ ਆਇਆ ਇਹਨੇ ਕਿਹਾ ਯਾਰ ਅਸੀਂ ਤੇ, ਸਾਡੀ ਕੋਈ ਲਿਹਾਜ਼ ਰੱਖੋ, ਸਾਡੀ ਉਮਰ ਵੇਖੋ, ਤੁਸੀਂ ਬੱਚੇ ਹਾਂ, ਇੱਦਾਂ ਕਿਉਂ ਬੋਲਦੇ ਆ, ਬਸ ਉਹੀ ਵੀ ਅਸੀਂ ਤੁਹਾਨੂੰ ਆਹ ਕਰ ਦਾਂਗੇ, ਜੇ ਕਰ ਦਾਂਗੇ। ਮੰਨ ਲਿਆ ਵੀ ਇਹਨਾਂ ਨੇ ਕੋਈ ਗਲਤ ਕਿਹਾ ਵੀ ਹੈ ਤਾਂ ਉਹ ਪੁਲਿਸ ਕੰਪਲੇਂਟ ਕਰ ਸਕਦੇ ਸੀ, ਜਾਂ ਇਹਨਾਂ ਦੇ ਖਿਲਾਫ਼ ਹੋਰ ਕੋਈ ਲੀਗਲੀ ਐਕਸ਼ਨ ਕੀਤਾ ਜਾ ਸਕਦਾ? ਬਸ ਪੁਲਿਸ ਜਿਹੜੀ ਆ ਉਹ ਤੁਹਾਨੂੰ ਪਤਾ ਉਹਨਾਂ ਨਾਲ ਰਲੀ ਹੈ ਜੀ, ਪੁਲਿਸ ਜਿਹੜੀ ਉਹ ਵੇਖੋ ਕਹਿੰਦੇ ਵੀ ਆ ਇੱਕ ਮੁੰਡਾ ਚੰਗਾ ਸੀ ਜਿਹਨੇ ਬਚਾਇਆ ਇਹਨਾਂ ਨੂੰ, ਹੋਸਪਿਟਲ ਵੀ ਖੜਿਆ ਆ, ਸਟਿਚ ਵੀ ਉੱਥੇ ਲੱਗੇ ਆ, ਪਲਸਤਰ ਵੀ ਉੱਥੇ ਆ। ਅਸੀਂ ਤਾਂ ਹੁਣ ਇਹੀ ਆ ਵੀ ਮੰਗ ਆਪਾਂ CM ਸਾਹਿਬ ਭਗਵੰਤ ਮਾਨ ਜੀ ਤੋਂ ਵੀ ਤੇ ਹਿਮਾਚਲ ਦੇ CM ਤੋਂ ਮੰਗ ਕਰਦੇ ਹਾਂ ਵੀ ਇਹਦਾ ਇਨਸਾਫ਼ ਹੋਣਾ ਚਾਹੀਦਾ। ਉਹ ਬੇਟੀ ਤੇ ਬਹੁਤ ਵੱਡੀ ਸੱਟ ਲੱਗੀ, ਉਹ ਕਹਿੰਦੀ ਮੈਂ ਲਾਈਫ ਦੇ ਵਿੱਚ ਮੈਂ ਇੰਡੀਆ ਨਹੀਂ ਆਉਂਗੀ। ਤੁਸੀਂ ਕਹਿ ਰਹੇ ਕਿ ਪੰਜਾਬ ਦੇ ਨਾਲ ਨਾਲ ਪੂਰੀ ਦੁਨੀਆ ਦੇ ਵਿੱਚ ਗਲਤ ਮੈਸੇਜ, ਪੂਰੀ ਦੁਨੀਆ ਜਿੰਨੇ ਉਹ ਚਾਅ ਨਾਲ ਇੰਡੀਆ ਆਈ ਸੀ, ਜਿੰਨਾ ਪੰਜਾਬ 'ਚ ਉਹਨੂੰ ਪਿਆਰ ਮਿਲ ਰਿਹਾ ਸੀ, ਉਹ ਹਿਮਾਚਲ ਜਾ ਕੇ ਚਾਹੁੰਦੀ ਸੀ ਮੈਂ ਹਿਮਾਚਲ ਘੁੰਮਾਂ, ਬਟ ਉਹ ਕਹਿੰਦੀ ਮੈਂ ਲਾਈਫ ਦੇ ਵਿੱਚ ਹਿਮਾਚਲ ਨਹੀਂ ਜਾਵਾਂਗੀ, ਕਿਉਂਕਿ ਉਹਦੇ ਮਨ 'ਤੇ ਐਡੀ ਸੱਟ ਲੱਗੀ ਆ। ਉਹ ਸੋਚਦੀ ਸੀ ਵੀ ਜੋ ਹੋ ਰਿਹਾ, ਜੋ ਉਹਨੇ ਸ਼ੂਟ ਕੀਤਾ ਆ, ਉਹ ਜੇ ਤੁਹਾਡੇ ਕੋਲ ਆ ਜਾਂਦੀ ਵੀਡੀਓ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਸੀ, ਵੀ ਉਹਨੂੰ ਲੱਗਦਾ ਸੀ ਵੀ ਇਹਨਾਂ ਦੀਆਂ ਲਾਸ਼ਾਂ ਡਾਟਾ ਰਿਕਵਰ ਹੋ ਸਕਦਾ, ਇਹਨਾਂ ਦੀਆਂ ਲਾਸ਼ਾਂ ਹੀ ਜਾਣਗੀਆਂ, ਉਹਦੀ ਜਵਾਨੀ ਆ, ਮਤਲਬ ਵੀ ਇਹ ਦੋਵਾਂ ਨੂੰ ਇੰਨਾ ਕੁੱਟਣਾ ਆ, ਸੱਚ ਸੀ ਵੀ ਸਿਰ 'ਚ ਵੀ ਰੋਡ ਵੱਜਾ ਆ, ਇਹਦੇ ਵੀ ਗੁੱਝੀਆਂ ਸੱਟਾਂ ਆ, ਜੇ ਦੋਨੋਂ ਡਿੱਗ ਪੈਂਦੇ ਥੱਲੇ ਫਿਰ ਦੋਨਾਂ ਦੀ ਮੌਤ ਸੀ ਜੀ।